ਲੋ ਮੈਨੂੰ ਇੱਕ ਕਸੀਦੇ ਦਾ ਹੁਕਮ ਹੈ ਜਿਹੜਾ ਮੁਲਕ ਵਿੱਚ ਇਸ ਤੁਹਾਡੇ ਨੌਕਰ ਦੀ ਪਹਿਚਾਣ ਬਣਿਆ ਇਜਾਜ਼ਤ ਹੈ ਕਸੀਦਾ ਫਰਸ਼ ਆਜ਼ਾਦ ਦੇ ਹਵਾਲੇ ਨਾਲ ਸੁਣਾਵਾਂ ਆਹੋ ਅਗਰ ਭਾਈਜਾਨ ਤੁਸੀਂ ਜਾਣਦੇ ਮੁਲਕ ਵਿੱਚ ਮੇਰੇ ਪਹਿਚਾਣ ਬਣਿਆ ਕਸੀਦਾ ਤੁਹਾਡੀ ਲੋਰ ਅਗਰ ਘਰ ਘਰ ਬਿਛਾਣਾ ਛੋੜ ਦੇ ਅਗਰ ਸ਼ਾਬਾਸ਼ ਮਾਤਮੀਆਂ ਦੇ ਸ਼ਾਬਾਸ਼ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਅਗਰ ਫਰਸ਼ ਘਰ ਘਰ ਬਿਛਾਣਾ ਛੋੜ ਦੇ ਅਗਰ ਫਰਸ਼ ਅਜ਼ਾ ਘਰ ਘਰ ਬਿਛਾਣਾ ਛੋੜ ਦੇ ਅਗਰ ਫਰਸ਼ ਅਜ਼ਾ ਘਰ ਘਰ ਬਿਛਾਣਾ ਛੋੜ ਦੇ ਕਲਾਮ ਮੈਂ ਉਹ ਪੜ੍ਹ ਲਗਾ ਜਿਹਦੇ ਤੇ ਮੋਹਰ ਲੱਗੀ ਹੋਈ ਹੈ ਮੁਹੰਮਦ ਦੀ ਧੀ ਦੀ ਹਮ ਅਗਰ ਫਰਸ਼ ਅਜ਼ਾ ਘਰ ਘਰ ਬਿਛਾਣਾ ਮੈਨੂੰ ਲੱਗਦਾ ਹੁਣ ਤੁਹਾਡੀ ਪੂਰੀ ਤਵੱਜੋ ਹੋ ਗਈ ਜੇ ਤੁਹਾਡੀ ਜਾਤ ਹੋਵੇ ਥੋੜਾ ਤਗੜਾ ਹੋ ਕੇ ਪੜ੍ਹਾ ਹਮ ਅਗਰ ਫਰਸ਼ ਅਜ਼ਾ ਘਰ ਘਰ ਬਿਛਾਣਾ ਬੋਲੋ ਅਰਸ਼ ਵਾਲੇ ਜ਼ਮੀਂ ਪਿਆ ਨਾ ਜਾਣਾ ਛੋੜ ਦੇ ਤਾਂ ਮੇਰੇ ਤੱਕ ਵੀ ਨਹੀਂ ਆਈ ਪੂਰੇ ਪਿੰਡਾਂ ਵਾਲੇ ਗੂੰਜੇ ਹਮ ਅਗਰ ਫਰਸ਼ ਅਜ਼ਾ ਘਰ ਘਰ ਬਿਛਾਣਾ ਅਰਸ਼ ਵਾਲੇ ਜ਼ਮੀਂ ਪਿਆ ਨਾ ਜਾਣਾ ਕੋਈ ਤੋ ਨਹੀਂ ਕਰਦਾ ਅਲੀ ਬਾਦਸ਼ਾਹ ਦੇ ਨੌਕਰਾਂ 'ਚ ਵਿਪੜਦਾ ਸਰ ਜਨਾਂ ਦੀ ਗੱਲ ਕਰੀ ਆਗਰਾ ਫਿਰ ਨਾ ਛੇੜੇਗੇ ਕਭੀ ਪੀਆ ਪਕੇ ਸਜਰੇ ਕੀ ਬਾਤ ਨਾ ਛੇੜੇਗੇ ਕਭੀ ਪੀਆ ਪਕੇ ਸਜਰੇ ਕੀ ਬਾਤ ਆਪ ਦੀ ਜ਼ਿਕਰੇ ਕਿਸੇ ਕੰਮੀ ਦਾ ਮੋਹਤਾਜ ਰਹਿਣ ਹੱਥ ਜਿਹੜੇ ਅੱਗੇ ਜਾਵਾਂ ਬਹੁਤ ਮਿਹਰਬਾਨੀ ਬਹੁਤ ਮਿਹਰਬਾਨ ਨੌਕਰ ਜੀ ਦਾ ਪੁੱਤਰ ਹੋਇਆ ਨੌਕਰ ਹੋਇਆ ਤੁਹਾਡਾ ਲੱਗਦਾ ਕੰਮ ਸਾਰੇ ਬੋਲੋ ਬੋਲੋ ਉੱਚਾ ਮੌਲਾ ਅਲੀ ਕੇ ਨਾਮ ਕੇ ਨਾਰੇ ਸੇ ਜਲਤਾ ਹੈ ਜਿਸਕਾ ਦਿਲ ਕੁਛ ਔਰ ਹੋ ਨਾ ਹੋ ਵੋ ਹਰਾ ਵੀ ਜ਼ਰੂਰ ਹੈ ਤੁਹਾਡੀ ਖੈਰ ਹੋਵੇ ਚਾਚਾ ਜੀ ਛੇੜੇਂਗੇ ਕਭੀ ਵੀ ਆਪਕੇ ਸ਼ਜਰੇ ਕੀ ਬਾਤ
آپ بھی ذکر علی پر منہ بنانا. ایڈا بڑا شیر پہ پڑھنا کوئی سید کائنات میرے ہاتھ ہاتھ رکھ کے ذکر دی عزت قسم شیر تو وار دیوا بار بار آ رہے چھوڑ دے سوال کر دے ہم آپ حسین رضا کے سن تو صاحب انکل جی اے دو جہان دا نظام کون پہ چلا دے او کیڑی ایسی ہستی ہے او کیڑا ایسا عمل کر دیے جس دی وجہ دو جہان دا نظام بچل دے او میں تو دسا ہستی کیڑا ایسا عمل کر دیے وقت رک جائے جائے گا سورج کا سپر رک جائے گا تھم جائے گا سورج کا سپر فاطمہ زہرا اگر چکی چلائے